अच्छा भाई साहब, थोड़ा इत्थे साडे दीवान हॉस्पिटल दे विच पित्ते दा ऑपरेशन होया ते ओह ठीक ठाक हो गया। हाँ जी, बहुत वधिया है, बहुत वधिया, बहुत थैंक यू। फर्स्ट क्लास। थोड़ा असीं इह वीडियो बना रहे हैं जी, थोड़ी शक्ल नहीं लै रहा है और असीं जिहड़ा हैगा थोड़ा नाम डिस्कलोज़ नहीं कर रहा है। असीं इह जिहड़ा ऑब्जर्व कीता हैगा कि थोनूं कुछ खास किस्म दे नशियां दी गलत फहमी दे विच किसी तरह तुसीं फस गए हो, ਉਹ ਤਾਂ ਕਿ ਲੋਕਾਂ 'ਤੇ ਕੋਈ ਹੋਰ ਲੋਕ ਨਾ ਫਸਣ, ਅਤੇ ਤੁਹਾਡਾ ਉਹ ਮੈਸੇਜ ਅਸੀਂ ਲੈਣਾ ਚਾਹੁੰਦੇ ਹਾਂ। ਅਸੀਂ ਇਹ ਲੋਕਾਂ ਨਾਲ ਯੂਟਿਊਬ, ਫੇਸਬੁੱਕ ਅਤੇ ਇੰਟਰਨੈਟ 'ਤੇ ਅਤੇ ਹਰ ਤਰ੍ਹਾਂ ਦੇ ਮੀਡੀਆ ਸ਼ੇਅਰ ਕਰ ਸਕਦੇ ਹਾਂ। ਹਾਂਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਜੀ, ਹਾਂ ਮੈਂ ਕਹਿੰਦਾ ਵੀ ਨਸ਼ਾ ਇੱਕ ਕੋਹੜ ਸਮਾਜ ਦੇ ਵਿੱਚ, ਵੀ ਨਸ਼ੇ ਨੂੰ ਤਾਂ ਹੱਥ ਨਹੀਂ ਲਾਉਣਾ ਚਾਹੀਦਾ ਜੀ। ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਵੀ ਮਤਲਬ ਕਿ ਨਸ਼ਿਆਂ 'ਚ ਪਈ ਜਾਂਦੀ ਹੈ। ਇੱਕ ਨਸ਼ਾ ਇੱਕ ਕੋਹੜ, ਜਿਹੜੇ ਆਉਣ ਵਾਲੀ ਪੀੜ੍ਹੀ ਬੱਚੇ ਨੇ ਜਦੋਂ ਆਪਣੇ ਮਾਂ ਪਿਓ ਨੂੰ ਦੇਖਦੇ ਨੇ, ਪਿਓ ਨੂੰ ਵੇਖਦੇ ਨੇ, ਇਹ ਨਸ਼ੇ ਕਰਦੇ ਪਏ ਨੇ, ਉਹ ਵੀ ਫਿਰ ਇਸੇ ਲਾਈਨ 'ਚ ਚਲੇ ਜਾਂਦੇ ਨੇ। ਮਤਲਬ ਉਹਦੇ ਨਾਲ ਆਉਣ ਲੱਗਿਆ ਘਰ ਵੀ ਬਰਬਾਦ, ਪੈਸਾ ਬਰਬਾਦ, ਮਤਲਬ ਕਿ ਉਹਦੀ ਲਾਈਫ ਡਿਸਟਰਬ ਹੋ ਜਾਂਦੀ, ਇੰਨੀ ਕੁ ਹੋ ਜਾਂਦੀ ਹੈ, ਮਤਲਬ ਕਿ ਮਰਨ ਮਰਨ ਤੱਕ ਵੀ ਬੰਦਾ ਕਈ ਵਾਰ ਚਲੇ ਜਾਂਦਾ ਜਦੋਂ ਉਹਨੂੰ ਨਸ਼ਾ ਨਾ ਮਿਲੇ। ਜਦੋਂ ਨਸ਼ਾ ਮਿਲ ਜਾਂਦਾ ਫਿਰ ਮਤਲਬ ਠੀਕ ਹੈ, ਇਹ ਤਾਂ ਕੁਛ ਥੋੜ੍ਹੀ ਦੇਰ ਲਈ ਨਸ਼ੇ ਨੂੰ ਮਤਲਬ ਕਿ ਸਰੀਰ ਨੂੰ ਕੰਟਰੋਲ ਕਰਦੀ ਹੈ, ਉਸ ਤੋਂ ਬਾਅਦ ਜਦੋਂ ਨਸ਼ਾ ਖਤਮ ਹੁੰਦਾ ਬੰਦਾ ਫਿਰ ਕੋਈ ਮਤਲਬ ਕਿ ਆਪਣਾ ਸਟੈਪ ਚੱਕਦਾ, ਇਹੋ ਜਿਹੇ ਸਟੈਪ ਚੱਕਦਾ ਮਤਲਬ ਕਿ ਇੱਕ ਜੁਰਮ ਬਣ ਜਾਂਦਾ ਵੀ, ਮਤਲਬ ਕਿ ਚੋਰੀਆਂ ਚੱਕੇ, ਮਤਲਬ ਕਿ ਪੈਸੇ ਦੇ ਪਿੱਛੇ ਆਪਣੇ ਬੱਚਿਆਂ ਨੂੰ ਮਾਰਨ ਤੱਕ ਮਤਲਬ ਕਿ ਜਾਂਦੇ ਨੇ ਵੀ ਇਹ ਨਸ਼ਾ ਮੈਨੂੰ ਮਿਲ ਜੇ ਮੈਂ ਬੱਚਿਆਂ ਤੋਂ ਕੀ ਲੈਣਾ ਮੈਂ। ਇਸੇ ਕਰਕੇ ਮੇਰੀ ਇਹੀ ਰਿਕੁਐਸਟ ਹੈ ਮਤਲਬ ਕਿ ਨਸ਼ੇ ਤੋਂ ਜਿੰਨਾ ਦੂਰ ਰੱਖਿਆ ਜਾਂਦਾ, ਨਸ਼ੇ ਨੂੰ ਤਾਂ ਮਤਲਬ ਕਿ ਇੱਕ ਮਤਲਬ ਘੋੜ ਹੱਥ ਨਾ ਲਾਓ, ਮਤਲਬ ਕਿ ਇਹਨੂੰ ਸਮਾਜ ਤੋਂ ਦੂਰ ਕਰੋ, ਨਾਲ ਦਿਆਂ ਕਹੋ ਭਾਈ ਇਹ ਨਸ਼ਾ ਬਹੁਤ ਮਾੜਾ ਵੇ। ਇੱਕ ਵਾਰੀ ਬੰਦੇ ਨੂੰ ਲੱਗ ਰਿਹਾ ਮੁੜ ਕੇ ਇਹ ਜ਼ਿੰਦਗੀ ਖਰਾਬ ਕਰ ਦਿੰਦਾ ਵੇ, ਸਾਰੀ ਉਮਰ ਦੀ ਲਾਈਫ ਹੁੰਦੀ ਡਿਸਟਰਬ ਹੋ ਜਾਂਦੀ ਹੈ। ਇਹ ਮੈਂ ਇੱਕ ਵਾਰੀ ਮੈਸੇਜ ਦੇਣਾ ਚਾਹੁੰਦਾ ਆਪਣੇ ਭਰਾਵਾਂ ਨੂੰ ਵੀ, ਵੀ ਪਲੀਜ਼ ਇਸ ਨਸ਼ੇ ਨੂੰ ਤੁਸੀਂ ਮਤਲਬ ਕਿ ਦੂਰ ਰੱਖੋ, ਹੱਥ ਨਾ ਲਾਓ। ਦੇਖੋ ਨਾ ਜਦੋਂ ਗਲਤ ਸੁਸਾਇਟੀ 'ਚ ਬਹਿੰਦੇ ਤੁਹਾਨੂੰ ਨਸ਼ਾ ਲਾਉਣਗੇ, ਫਿਰ ਜੂਆ ਖੇਡੋਗੇ, ਫਿਰ ਤੁਸੀਂ ਪੈਸੇ ਪਿੱਛੇ ਮਤਲਬ ਕਿ ਕੁਛ ਵੀ ਕਰ ਸਕਦੇ ਹੁੰਦੇ। ਪਰ ਮੈਂ ਇਸ ਤੋਂ ਬਾਅਦ ਮੈਨੂੰ ਜ਼ਿਆਦਾ ਮੇਰੇ ਕੋਲ ਨਹੀਂ ਕਿਹਾ ਹੋਣਾ, ਮੈਂ ਵੀ ਹਸਪਤਾਲ ਦਾਖਲ ਸੀ, ਨਸ਼ੇ ਕਰਦਾ ਸੀ, ਪਰ ਮੈਨੂੰ ਅੱਜ ਡਾਕਟਰ ਸਾਹਿਬ ਨੇ ਇੱਕ ਨਵਾਂ ਜੀਵਨ ਦਿੱਤਾ, ਬਹੁਤ ਵਧੀਆ ਦਿੱਤਾ। ਮਤਲਬ ਕਿ ਇਹਨੇ ਡਾਕਟਰ ਸਾਹਿਬ ਮਤਲਬ ਅੱਜ ਤੱਕ ਆਪਣੀ ਜ਼ਿੰਦਗੀ 'ਚ ਨਹੀਂ ਦੇਖੇ, ਜਿਹਨੇ ਡਾਕਟਰ ਸਾਹਿਬ ਤਾਰੀਫ ਕੀਤੀ ਜਾਵੇ ਥੋੜ੍ਹੀ ਹੈ। ਮੈਂ ਇਹੀ ਕਹਿੰਦਾ ਭਾਈ ਨਸ਼ਾ ਨਾ ਕਰੋ, ਨਸ਼ਾ ਬਹੁਤ ਮਾੜਾ ਹੈ। ਇਸ ਅੱਛਾ ਨਹੀਂ, ਧੰਨਵਾਦ। ਤੁਹਾਡਾ ਤੁਹਾਡਾ ਪਰਸਨਲ ਐਕਸਪੀਰੀਅੰਸ ਹੈ ਕਿ ਨਸ਼ਿਆਂ ਨਾਲ ਕਿੰਨੇ ਨੁਕਸਾਨ ਹੁੰਦੇ ਆ, ਜ਼ਿੰਦਗੀ ਭੁੱਲ ਕੇ ਬੰਦਾ ਨਸ਼ਿਆਂ ਦਾ ਗੁਲਾਮ ਬਣ ਜਾਂਦਾ, ਉਹਨੂੰ ਸਿਰਫ ਨਸ਼ਾ ਹੀ ਚਾਹੀਦਾ, ਉਹਦੇ ਲਈ ਜ਼ਿੰਦਗੀ ਦੀ ਕੋਈ ਵੀ ਖੂਬਸੂਰਤੀਆਂ ਅੱਛੀ ਚੀਜ਼ਾਂ ਉਹਦੇ 'ਚ ਨਹੀਂ ਹੁੰਦੀਆਂ। ਅਤੇ ਕੁਛ ਨਵੇਂ ਨਵੇਂ ਕਿਸਮ ਦੇ ਨਸ਼ੇ ਆ ਗਏ, ਜਿਵੇਂ ਮੈਂ ਅਬਜ਼ਰਵ ਕੀਤਾ ਕਿ ਤੁਸੀਂ ਬਹੁਤ ਸਿਰ ਦਰਦ ਕਹਿ ਰਹੇ ਸੀਗੇ ਔਰ ਸਾਰੇ ਜਿਸਮ 'ਚ ਦਰਦ ਕਰ ਰਹੇ ਸੀ, ਉੱਥੋਂ ਨੀਂਦ ਨਹੀਂ ਆਈ ਸੀ ਪੂਰੇ ਰਾਤ, ਅਸੀਂ ਦਵਾਈਆਂ ਵੀ ਦਿੱਤੀਆਂ ਉਹਦੇ ਨਾਲ ਵੀ ਨਹੀਂ ਆਈ ਤੁਹਾਨੂੰ। ਇਹ ਜਿਹੜਾ ਨਵਾਂ ਨਸ਼ਾ ਜਿਹੜਾ ਮੈਂ ਪਹਿਲੀ ਵਾਰ ਮੈਂ ਵੀ ਨਹੀਂ ਸੁਣਿਆ ਸੀ, ਕਾਮਨੀ ਦੀ ਗੋਲੀਆਂ, ਇਹ ਵੈਦ ਰਾਜ ਸਪਾਜ਼ਮੋਪ੍ਰੋਕਸੀਮਨ ਤਾਂ ਮੈਂ ਸੁਣਿਆ ਸੀ, ਬਹੁਤ ਲੋਕਾਂ ਨੂੰ ਮੈਂ ਦੰਦੇ ਦੇਖਿਆ, ਪਰ ਪਹਿਲਾਂ ਤੁਸੀਂ ਡਰਿੰਕ ਕਰਦੇ ਸੀ ਉਹ ਛੱਡ ਕੇ ਹੁਣ ਤੁਹਾਨੂੰ ਇਹ ਲੋਕਾਂ ਨੇ ਤੁਹਾਨੂੰ ਇਹ ਫਸਾ ਤਾ, ਕਾਮਨੀ ਦੀ ਗੋਲੀਆਂ ਰੋਜ਼ ਤੁਹਾਨੂੰ ਤਿੰਨ ਲੈਣੀਆਂ ਪੈਂਦੀਆਂ। ਹਾਂਜੀ ਤਿੰਨ ਚਾਰ, ਤਿੰਨ ਚਾਰ ਤੇ ਬਾਅਦ ਵੈਦਨਾਥ ਦੀਆਂ ਇਹ ਵੀ ਇੰਨੀਆਂ, ਤਿੰਨ ਚਾਰ ਅਤੇ ਸਪਾਜ਼ਮੋਪ੍ਰੋਕਸੀਮਨ ਵੀ। ਹਾਂਜੀ ਜੇ ਮਿਲ ਜਾਏ ਤਾਂ ਲੈ ਲਈ ਜਾਈ। ਹਾਂ ਇਹ ਨਵੇਂ ਨਵੇਂ ਨਸ਼ੇ ਵੀ ਬਹੁਤ ਕਾਮਨ ਹੋ ਗਏ, ਮੈਂ ਤਾਂ ਪਹਿਲਾਂ ਸੁਣਿਆ ਨਹੀਂ ਸੀ ਮੈਂ ਇਹਨਾਂ ਦਾ ਨਾਮ, ਕਾਮਨੀ, ਵੈਦਰਾਜ। ਅਤੇ ਅੱਜ ਕੱਲ੍ਹ ਕੀ ਕਰਦੇ ਨੇ ਮੈਡੀਕਲ ਵਾਲੇ, ਦੁਕਾਨਾਂ ਤੋਂ ਨਹੀਂ ਦਿੰਦੇ ਉਹ, ਸਿੱਧਾ ਹੀ ਇਹੀ ਮੈਸੇਜ ਦਿੰਦੇ ਨੇ ਮੁੰਡਿਆਂ ਨੂੰ, ਕਾਕਾ ਨਸ਼ਾ ਨਹੀਂ। ਫਿਰ ਜਦੋਂ ਉਹਨਾਂ ਨੇ ਹੈਲਪਰ ਰੱਖੇ ਹੁੰਦੇ ਨੇ, ਕਹਿੰਦੇ ਵੀ ਇੰਨੇ ਵਜੇ ਘਰ ਆ ਜੀ, ਤੈਨੂੰ ਘਰੋਂ ਨਸ਼ਾ ਦੇ ਦਾਂਗੇ। ਜਿਹੜੇ ਮੈਡੀਕਲ ਵਾਲੇ ਨੇ ਇਹ ਕਹਿੰਦੇ ਨੇ ਵੀ ਨਸ਼ਾ ਬੰਦ ਕਰਤਾ, ਬੰਦ ਕੀਤਾ, ਨਸ਼ਾ ਬੰਦ ਨਹੀਂ ਕੀਤਾ। ਇਹ ਘਰ ਜਾ ਕੇ ਇਹ ਮਤਲਬ ਕਿ ਆਪਣੇ ਟਾਈਮਿੰਗ ਰੱਖ ਲੈਂਦੇ ਨੇ ਵੀ ਇੰਨੇ ਵਜੇ ਆ ਜੀ, ਤੈਨੂੰ ਸਮਾਨ ਮਿਲ ਜੂਗਾ। ਲੇਕਿਨ ਮੇਰੇ ਕਹਿਣ ਦਾ ਮਤਲਬ ਇਹ ਨਸ਼ਾ ਮਤਲਬ ਕਿ ਜਿੰਨਾ ਕੁ ਉਹਨੂੰ ਰੋਕ ਕੀਤੀ ਜਾਵੇ ਮੈਡੀਕਲ ਵਾਲਿਆਂ ਦੇ ਉੱਤੇ, ਵੀ ਇਹਨਾਂ ਨੂੰ ਚੈੱਕ ਕੀਤਾ ਜਾਵੇ, ਮਤਲਬ ਨਸ਼ਾ ਇਹਨਾਂ ਦੇ ਮੰਨ ਲਓ ਸਟਾਫ ਆਉਂਦਾ ਵੇ, ਛਾਪਾ ਮਾਰਦੇ ਨੇ, ਨਸ਼ਾ ਨਹੀਂ ਮਿਲਦਾ, ਹਾਲੇ ਕਿ ਉਹ ਨਸ਼ਾ ਵੇਚਦੇ ਨੇ, ਖਾਸ ਕਰ ਰੁਪਈਏ ਦਿੰਦੇ ਨੇ, ਲਓ ਜੀ ਇੰਨੇ ਰੁਪਈਏ ਸਾਡਾ ਚੱਲਣਗੇ ਜੀ। ਇਹਨਾਂ ਕੋਲ ਨਸ਼ਾ ਬਹੁਤ ਪਿਆ, ਬਹੁਤ ਜ਼ਿਆਦਾ ਪਿਆ। ਮਤਲਬ ਦੁਕਾਨ ਤੋਂ ਆਪਣੀ ਤੋਂ ਨਹੀਂ ਵੇਚਦੇ, ਇਹਨਾਂ ਦੇ ਜਿਹੜੇ ਇੰਪਲੋਈਜ਼ ਹੁੰਦੇ ਆ ਉਹ ਆਪਣੇ ਘਰੋਂ ਦੇ ਦਿੰਦੇ, ਉਹ ਆਪਣੇ ਘਰੋਂ ਦੇ ਦਿੰਦੇ ਨੇ, ਆਪ ਸਹੀ ਦਵਾਈ ਦਿੰਦੇ ਨੇ, ਹਾਂਜੀ ਲਓ ਜੀ ਇਹ ਦਵਾਈ ਦੇ, ਮਤਲਬ ਕਿ ਜਿਹੜਾ ਉਹਨਾਂ ਦਾ ਮੇਨ ਟਾਰਗੇਟ ਹੁੰਦਾ, ਹਾਂ ਵੀ ਤੂੰ ਇੰਨੇ ਵਜੇ ਘਰ ਆ ਜੀ, ਆਪਣਾ ਸਮਾਨ ਲੈ ਜੀ। ਇਹ ਜਿਹੜੀ ਕਾਮਨੀ ਦੀ ਗੋਲੀਆਂ ਹੁੰਦੀਆਂ ਇਹ ਅਤੇ ਵੈਦਨਾਥ ਦੀ ਗੋਲੀਆਂ, ਇਹ ਮਤਲਬ ਕਿ
ਕਿੱਥੋਂ ਤੁਹਾਡੇ ਕੋਲ ਨੌਲੇਜ ਹੈ, ਕਿੱਥੋਂ ਆਉਂਦੀਆਂ, ਪੰਜਾਬ 'ਚ ਬਣਦੀਆਂ ਜਾਂ ਬਾਹਰੋਂ ਆਉਂਦੀਆਂ? ਨਹੀਂ, ਇਹ ਪੰਜਾਬ 'ਚ ਬਣਦੀਆਂ ਨੇ, ਇਹ ਸਾਰੀ ਬਲੈਕਮੇਲ ਕਰਦੇ ਨੇ ਪਿੰਡੀ ਗਲੀ ਦੇ ਵਿੱਚੋਂ, ਜਿਹੜਾ ਇਹ ਡਾਕਟਰਾਂ ਨਾਲ ਸੈਟਿੰਗ ਕੀਤੀ ਹੁੰਦੀ ਹੈ। ਅੱਛਾ ਜੀ। ਉੱਦਾਂ ਇਹਦਾ ਘੱਟੋ ਘੱਟ ਵੀ ਸਾਰੀ 10-20 ਰੁਪਏ ਵਾਲੀ ਚੀਜ਼ ਹੈ, ਜਿਹੜੀ ਮਤਲਬ ਕਿ 200-200 ਰੁਪਏ 'ਚ ਦਿੰਦੇ ਨੇ। ਉਹ ਮਤਲਬ ਕਿ ਉਹਨਾਂ ਨੇ ਇੱਕ ਗੁਲਾਮ ਬਣਾਇਆ ਆਵੇ, ਜੇ ਨਾ ਖਾਓ ਮਤਲਬ ਕਿ ਉਹਨਾਂ ਕੋਲ ਜਾਣਾ ਹੀ ਪੈਂਦਾ, ਨਹੀਂ ਤਾਂ ਫਿਰ ਐਂਡ ਮਤਲਬ ਘਰੇ ਲੜੇਗਾ, ਘਰੇ ਜਾ ਕੇ ਪੈਸੇ ਕਰੇਗਾ, ਚੋਰੀ ਕਰੇਗਾ, ਜਨਾਨੀ ਮਾਰੂਗਾ, ਮਤਲਬ ਕਿ ਉਹਦਾ ਇੱਕ ਤਰ੍ਹਾਂ ਦੀ ਇਹ ਗੁਲਾਮੀ ਹੋ ਜਾਂਦੀ, ਗੁਲਾਮ ਬਣ ਜਾਂਦਾ ਬੰਦਾ ਜਿਹੜਾ ਹੈਗਾ। ਇੱਕ ਜਿਵੇਂ ਆਪਾਂ ਹਿੰਦੁਸਤਾਨ 'ਚ ਲੋਕ ਅੰਗਰੇਜ਼ਾਂ ਦੇ ਗੁਲਾਮ ਸੀਗੇ, ਬਾਹਰੋਂ ਹੋਰ ਜਿਹੜੇ ਸੀਗੇ ਮੁਗਲਾਂ ਦੇ ਗੁਲਾਮ ਸੀਗੇ, ਇਸ ਤਰ੍ਹਾਂ ਹੁਣ ਇਹ ਕਿਸੇ ਨੇ ਸੋਚ ਸਮਝ ਕੇ ਨਸ਼ਿਆਂ ਦੇ ਗੁਲਾਮ ਬਣਾ ਲਿਆ ਪੈਸੇ ਲੁੱਟਣ ਲਈ। ਅੱਜ ਕੱਲ੍ਹ ਤਾਂ ਚਿੱਟਾ ਬਹੁਤ ਵੇਚੀ ਜਾਂਦੇ ਪਏ ਲੋਕ ਕਹਿੰਦੇ ਨੇ ਚਿੱਟਾ ਚਿੱਟਾ ਖਤਮ, ਚਿੱਟਾ ਲੋਕ ਇੰਨਾ ਵੇਚਦੇ ਪਏ, ਸ਼ਰੇਆਮ ਵੇਚ ਰਹੇ ਨੇ, ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਇੰਨੇ ਕੁ ਲੱਗੇ ਨੇ, ਮਤਲਬ ਕਿ ਕੋਈ ਨਾ ਕੋਈ ਚੋਰੀਆਂ ਕਰਨਗੇ, ਚਿੱਟਾ ਲਾ ਲਉਂਗੇ, ਅਗਰ ਕੋਈ ਉਹਨਾਂ ਦੇ ਬੰਦਾ ਸਾਹਮਣੇ ਆਇਆ ਮਾਰਨ ਤੱਕ ਜਾਂਦੇ ਨੇ, ਅਗਲਾ ਕਹਿੰਦਾ ਮੈਨੂੰ ਪੈਸੇ ਦੇ ਮੈਂ ਚਿੱਟਾ ਲਾਉਣਾ। ਅਜੇ ਸਰਕਾਰ ਤਾਂ ਕਹਿੰਦੀ ਵੀ ਚਿੱਟਾ ਬੰਦ ਹੋ ਗਿਆ, ਲੇਕਿਨ ਚਿੱਟਾ ਤਾਂ ਇੱਥੇ ਪੰਜਾਬ 'ਚ ਦਿਖਾਇਆ ਗਿਆ ਸੀ ਪਿਕਚਰ 'ਚ। ਹਾਂਜੀ, ਇੱਥੇ ਸ਼ਰੇਆਮ ਚਿੱਟਾ ਵਿਕਦਾ, ਹਰੇਕ ਚੀਜ਼ ਵਿਕਦੀ ਹੈ। ਚਲੋ ਜੀ, ਥੈਂਕ ਯੂ। ਅਸੀਂ ਉਮੀਦ ਕਰਦੇ ਹਾਂ ਕਿ ਭਾਈ ਸਾਹਿਬ ਨੇ ਹਿੰਮਤ ਕਰਕੇ ਜਿਹੜੀ ਆਪਣਾ ਐਕਸਪੀਰੀਅੰਸ ਦੱਸਿਆ ਤੁਹਾਨੂੰ, ਇਹ ਲੋਕ ਸੁਣਨਗੇ, ਸਮਝਣਗੇ, ਔਰ ਇਹ ਨਸ਼ਿਆਂ ਤੋਂ ਖੁਦ ਵੀ ਦੂਰ ਰਹਿਣਗੇ, ਆਪਣੇ ਪਿਆਰੇ ਵਾਲੇ ਲੋਕਾਂ ਨੂੰ ਜਿਹੜੇ ਬੱਚੇ ਸਕੂਲ 'ਚ ਦਾਖਲ ਹੋਏ ਹੈ ਉਹਨਾਂ ਨੂੰ ਪਹਿਲਾਂ ਹੀ ਦੱਸਣਗੇ ਵੀ ਇਸ ਤਰ੍ਹਾਂ ਦਾ ਗੁਲਾਮ ਸੰਗਲੀਆਂ ਦੇ ਵਿੱਚ ਨਸ਼ੇ ਵਿੱਚ ਨਹੀਂ ਜਕੜਨਾ, ਆਪਣਾ ਆਜ਼ਾਦ ਪੰਛੀ ਵਾਂਗੂ ਅਸਮਾਨ 'ਚ ਉੱਡਣਾ ਹੈਗਾ ਅਤੇ ਪਿੰਜਰੇ 'ਚ ਨਸ਼ਿਆਂ ਦੇ ਪਿੰਜਰੇ 'ਚ ਗੁਲਾਮ ਨਹੀਂ ਬਣਨਾ। ਇਹਦਾ ਤੁਸੀਂ ਮੈਸੇਜ ਸਮਝੋ, ਇਹ ਬਹੁਤ ਖਤਰਨਾਕ ਬਿਮਾਰੀ ਪੈਰ ਵਾਂਗੂ ਫੈਲ ਰਿਹਾ, ਇਹ ਪਲੇਗ ਵਾਂਗੂ ਫੈਲ ਰਿਹਾ, ਇਹ ਸਾਡੀ ਸੁਸਾਇਟੀ ਨੂੰ, ਸਾਡੇ ਦੇਸ਼ ਨੂੰ, ਸਾਡੇ ਸਮਾਜ ਨੂੰ ਤਬਾਹ ਕਰ ਦੇਗਾ। ਤੁਸੀਂ ਇਹ ਚੀਜ਼ ਨਾਲ ਸਹਿਮਤ ਹੋ? ਹਾਂਜੀ, ਬਿਲਕੁਲ ਜੀ। ਜਿਹੜਾ ਨਸ਼ਾ ਹੋਵੇ, ਐਸਾ ਹੋਵੇ ਨਾ, ਮਤਲਬ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਇਹਦੇ 'ਤੇ ਬਹੁਤ ਗਲਤ ਅਸਰ ਪਾ ਰਿਹਾ, ਪੀੜ੍ਹੀਆਂ ਪੀੜ੍ਹੀਆਂ ਖਤਮ ਹੋ ਰਹੀਆਂ ਨੇ। ਸਿਰਫ ਉਮਰ ਕੀ ਰਹਿੰਦੀ ਹੈ ਜੀ, 16 ਸਾਲ, 17 ਸਾਲ, ਉਸ ਤੋਂ ਬਾਅਦ ਬੰਦੇ ਦਾ ਕੋਈ ਪਤਾ ਨਹੀਂ ਲੱਗਦਾ, ਮੁੰਡੇ ਮਤਲਬ ਕਿ ਡੈੱਡ ਹੋ ਜਾਂਦੇ ਨੇ, ਕਈ ਮਰੇ ਨੇ। ਹਜੇ ਤੱਕ ਵੀ ਲੋਕ ਮਤਲਬ ਕਿ ਇਸ ਪਾਸੇ ਜਾ ਰਹੇ ਨਸ਼ੇ ਵੱਲ, ਨਸ਼ੇ 'ਚ ਕੁਛ ਵੀ ਨਹੀਂ ਪਿਆ। ਚਲੋ ਜੀ, ਉਮੀਦ ਹੈ ਲੋਕ ਇਹ ਤੁਹਾਡੇ ਇੰਟਰਵਿਊ ਤੋਂ ਲੈਸਨ ਲੈਣਗੇ। ਜੈ ਹਿੰਦ, ਜੈ ਹਿੰਦ। ਇਹ ਕਾਮਨੀ ਜਾਂ ਵੇਦ ਰਾਜ ਟਾਈਪ ਦੀ ਗੋਲੀਆਂ ਹੁੰਦੀਆਂ ਜਿਹਨਾਂ ਤੋਂ ਬਿਨਾਂ ਨੀਂਦ ਨਹੀਂ ਆਉਂਦੀ ਬੰਦੇ ਨੂੰ, ਫਿਰ ਜਾਂ ਸਿਰ ਦਰਦ ਹੁੰਦਾ ਹੈ, ਜਿਸਮ ਟੁੱਟਦਾ ਰਹਿੰਦਾ ਹੈ ਨਾ। ਅਤੇ ਇਹ ਤੁਸੀਂ ਦੇਖੋ, ਜਿਹੜੀ ਚੀਜ਼ ਨੂੰ ਪਤਾ ਨਹੀਂ ਇਹ 'ਚ ਦਵਾਈ ਕੀ ਪਈ ਹੋਈ ਹੈ, ਹੈ ਨਾ, ਪਤਾ ਨਹੀਂ ਉਹ ਦਵਾਈ ਤੁਹਾਡਾ ਕੱਲ੍ਹ ਨੂੰ ਗੁਰਦਾ ਫੇਲ ਕਰ ਦੇਵੇ, ਹਾਰਟ ਫੇਲ ਕਰ ਦੇਵੇ, ਲਿਵਰ ਫੇਲ ਕਰ ਦੇਵੇ, ਦਿਮਾਗ ਫੇਲ ਕਰ ਦੇਵੇ, ਤੁਹਾਨੂੰ ਵੀ ਪਤਾ ਉਹ 'ਚ ਕੀ ਹੈ। ਜਿਹੜੀ ਇੱਕ ਦਵਾਈ ਹੁੰਦੀ ਹੈ, ਲਿਖਿਆ ਹੁੰਦਾ ਵੀ ਆਹ ਚੀਜ਼ ਆ, ਉਹਦੇ ਆ ਫਾਇਦੇ ਆ ਨੁਕਸਾਨ। ਔਰ ਇਹ ਦਵਾਈਆਂ ਵਿੱਚ ਤਾਂ ਬਹੁਤ ਗੰਦੀ ਗੰਦੀ ਚੀਜ਼ਾਂ ਵੀ ਪਾਉਂਦੇ ਹੈ, ਜਿਹੜੀਆਂ ਆਹ ਨਸ਼ੇ ਦੀ ਦਵਾਈਆਂ, ਗੋਲੀਆਂ ਜੀ ਬਣਾ ਦਿੰਦੇ, ਕੈਪਸੂਲ ਬਣਾ ਦਿੰਦੇ, ਇਹਨਾਂ ਵਿੱਚ ਤਾਂ ਮਤਲਬ ਕਿ ਤੁਸੀਂ ਇਸ ਤਰ੍ਹਾਂ ਸਮਝੋ ਕਿ ਉਹਦੇ ਬਰਾਬਰ ਚੀਜ਼ਾਂ ਹੁੰਦੀਆਂ, ਜਿਵੇਂ ਕਿ ਡੌਗ ਸ਼ਿਟ, ਕੁੱਤੇ ਦੀ ਗੱਡੀ ਜਾਂ ਖੋਤੇ ਦਾ ਪਿਸ਼ਾਬ, ਇਸ ਤਰ੍ਹਾਂ ਮਤਲਬ ਕਿ ਇੰਨੀਆਂ ਗੰਦੀਆਂ ਚੀਜ਼ਾਂ, ਕਾਕਰੋਚ ਪੀਸ ਕੇ ਪਾਤੇ ਹੋਣ ਉਹਨਾਂ ਦੀ, ਹੈ ਨਾ, ਇਸ ਤਰ੍ਹਾਂ ਮਤਲਬ ਕਿ ਗੰਦੀਆਂ ਚੀਜ਼ਾਂ ਜਿਹੜੀਆਂ ਕਿ ਤੁਹਾਨੂੰ ਪਤਾ ਚੱਲੇ ਕਿ ਤੁਹਾਨੂੰ ਉਲਟੀ ਪਹਿਲਾਂ ਹੀ ਆਉਣੀ ਸ਼ੁਰੂ ਹੋ। ਇਹ ਚੀਜ਼ਾਂ ਜਿਹੜੀਆਂ ਤੁਸੀਂ ਅਣਜਾਣ ਚੀਜ਼ ਨਸ਼ੇ ਦੀ ਗੋਲੀ ਲੈ ਰਹੇ ਹੋ, ਇਹ ਕਿਰਪਾ ਕਰਕੇ ਜਿੰਨੇ ਤੁਹਾਡੇ ਦੋਸਤ ਸਰਕਲ ਹੈ, ਜਾਣ ਪਛਾਣ, ਉਹਨੂੰ ਦੱਸੋ ਕਿ ਇਹਨਾਂ ਦੇ ਵਿੱਚ ਪਤਾ ਨਹੀਂ ਕੀ ਪਿਆ ਹੋਇਆ। ਇੱਕ ਤਾਂ ਤੁਸੀਂ ਗੁਲਾਮ ਬਣ ਕੇ ਇਹਨਾਂ ਦੇ ਪਿੰਜਰੇ ਵਿੱਚ ਭਰਤੀ ਹੋ ਜਾਂਦੇ ਹੋ, ਇੱਕ ਜਿਹੜਾ ਹੈਗਾ ਇਹਨਾਂ 'ਚ ਪਿਆ ਕੀ ਹੋਇਆ, ਤੁਹਾਨੂੰ ਦਿਮਾਗ ਜਾਂ ਦਿਲ ਜਾਂ ਫੇਫੜੇ ਜਾਂ ਜਿਗਰ ਜਾਂ ਆਂਤਰੀਆਂ ਜਾਂ ਗੁਰਦੇ ਜਾਂ ਹੱਡੀਆਂ ਖੋਲਦੇ ਤੁਹਾਡੀਆਂ, ਹੁੰਦਾ ਨਾ ਇਸ ਤਰ੍ਹਾਂ ਦੀ ਚੀਜ਼ਾਂ ਨਾਲ। ਅਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਗੰਦੀ ਚੀਜ਼ਾਂ ਹੋਣ, ਜਿਵੇਂ ਕਾਕਰੋਚ ਪੀਸ ਕੇ ਪਾਏ ਹੋਣ, ਜਾਂ ਮਤਲਬ ਕਿ ਕੁੱਤੇ ਦੀ ਟੱਟੀ ਪਾਈ ਹੋਵੇ, ਜਾਂ ਖੋਤੇ ਦਾ ਪਿਸ਼ਾਬ ਪਾਇਆ ਹੋਵੇ, ਇਹੀ ਗੰਦੀ ਚੀਜ਼ਾਂ ਆਪਾਂ ਕਿਉਂ ਲੈਂਦੇ, ਕਿਉਂ ਪੈਂਦੇ, ਹੈ ਨਾ। ਇਹ ਚੀਜ਼ਾਂ ਹੁਣ ਤੁਸੀਂ ਇੱਕ ਆਪਣੇ ਆਪ ਨੂੰ ਜਿਸਮ 'ਚ ਆਪਣੇ ਮਨ ਨੂੰ ਪੱਕਾ ਕਰੋ ਕਿ ਯੈਸ ਆਈ ਕੈਨ, ਯੈਸ ਆਈ ਕੈਨ ਲੀਵ ਦਿਸ, ਓ ਯੈਸ ਆਈ ਕੈਨ, ਯੈਸ ਆਈ ਕੈਨ ਲੀਵ ਦਿਸ ਅਡਿਕਸ਼ਨ, ਲੀਵ ਦਿਸ ਡਰਟੀ ਡਰੱਗਸ, ਹੈ ਜੀ। ਪਹਿਲੀ ਇਹਨਾਂ ਨੇ ਫੈਸਲਾ ਕਰਨਾ, ਰੋਜ਼ ਸੁਪੁਰ ਰੱਬ ਦਾ ਨਾਂ ਲੈ ਕੇ ਇਹਨਾਂ ਨੇ ਆਪਣੇ ਆਪ ਨੂੰ ਕਹਿਣਾ, ਆਪਣੇ ਮਨ ਨੂੰ ਮਜ਼ਬੂਤ ਕਰਨਾ ਕਿ ਮੈਂ ਇਹ ਨਸ਼ੇ ਛੱਡ ਸਕਦਾ, ਉਹ ਕਿ ਹਾਂ ਮੈਂ ਨਸ਼ੇ ਛੱਡ ਸਕਦਾ, ਮੇਰੇ ਅੰਦਰ ਇੰਨੀ ਮਾਨਸਿਕ, ਸਰੀਰਕ ਔਰ ਅਧਿਆਤਮਿਕ ਤਾਕਤ ਹੈ, ਬੋਲੋ। ਹਾਂਜੀ ਬਿਲਕੁਲ, ਮੈਂ ਛੱਡ ਸਕਦਾ ਹਾਂ, ਇਹਦਾ ਮੈਂ ਗੁਲਾਮ ਨਹੀਂ ਬਣ ਸਕਦਾ, ਜਦੋਂ ਗੁਲਾਮ ਬਣ ਜੂੰਗਾ ਮੇਰਾ ਤਾਂ ਘਰ ਬਰਬਾਦ ਕਰ ਦੇਊਗਾ। ਤੁਸੀਂ ਇਹ ਕਹੋ ਕਿ ਮੇਰੇ ਅੰਦਰ ਇੰਨੀ ਅਧਿਆਤਮਿਕ, ਕਿਹੜੀ ਮੇਰੇ ਅੰਦਰ ਅਧਿਆਤਮਿਕ, ਮਾਨਸਿਕ, ਮਾਨਸਿਕ ਅਤੇ ਸਰੀਰਕ ਤਾਕਤ ਹੈ, ਸਰੀਰਕ ਤਾਕਤ ਹੈ ਕਿ ਮੈਂ ਇਹ ਨਸ਼ਿਆਂ ਦੇ ਖਿਲਾਫ ਲੜ ਕੇ ਇਹਨਾਂ ਨੂੰ ਛੱਡ ਦੂੰਗਾ, ਗੁਲਾਮੀ ਤੋਂ ਆਜ਼ਾਦ ਹੋ ਜਾਊਂਗਾ। ਮੈਂ ਇਸ ਨਸ਼ਿਆਂ ਨੂੰ ਛੱਡ ਦੂੰਗਾ ਔਰ ਆਪਣੀ ਜ਼ਿੰਦਗੀ ਆਪ ਫਸਟ ਕਲਾਸ ਜੀਊਂਗਾ। ਹਾਂ,
ਜ਼ਿੰਦਗੀ ਅੱਖਾਂ ਦਿਮਾਗ ਖੋਲ੍ਹ ਕੇ ਪਕਸ਼ੀ ਜਿਵੇਂ ਉੱਡਦੇ ਹੈ ਉਸ ਤਰ੍ਹਾਂ ਉੜੋਗੇ ਤੁਸੀਂ, ਇਹ ਨਹੀਂ ਕਿ ਪਿੰਜਰੇ ਵਿੱਚ ਬੰਦ ਹੋ ਜਾਏਗਾ। ਠੀਕ ਹੈ, ਥੈਂਕ ਯੂ।